नमस्कार, मैं कनक, आप देख रहे हैं अर्थ प्रकाश। आइए नजर डालते हैं आज की कुछ खास खबर। मेयर ने अपने वार्ड में टविन डस्टबिन रखवाकर इसकी शुरुआत की। इस मौके पर नगर निगम कमिश्नर अंदिता मिश्रा भी मौजूद रही। मेयर सरबजीत कौर ने कहा, शहर में कुल 1800 पार्क है। नगर निगम ने 3300 ट्विन्स बीन्स डस्टबिन खरीदे। यह डस्टबिन चंडीगढ़ के सभी पार्कों में लगेंगे। और इसी के साथ चंडीगढ़ मेयर सरबजीत कौर ने लोगों को यह संदेश दिया, कूड़ा इधर उधर ना डाले, कूड़ा कूड़ेदान में ही डाले। ਭਾਜੀ, ਜਿਵੇਂ ਮੈਂ ਦੱਸਿਆ ਕਿ ਸਾਡੀ 66 ਤੋਂ 12 ਜੋ ਰੈਂਕਿੰਗ ਆਈ ਹੈ, ਅਸੀਂ ਆਪਣੇ ਚੰਡੀਗੜ੍ਹ ਨੂੰ ਹੋਰ ਅੱਗੇ ਲਿਆਉਣ ਲਈ, ਤਾਂ ਸਾਨੂੰ ਇਹ ਕਿ ਸਾਡੇ ਲੋਕਾਂ ਦਾ ਬਹੁਤ ਸਹਿਯੋਗ ਹੈ। ਕਾਰਪੋਰੇਸ਼ਨ ਵੀ ਆਪਣੇ ਟਾਈਮ ਟੂ ਟਾਈਮ ਕੰਮ ਕਰ ਰਹੀ, ਅਸੀਂ ਉਹਨੂੰ ਹੋਰ ਅੱਗੇ ਵਧੀਆ ਬਣਾਉਣ ਲਈ ਸਾਰੇ ਪਾਰਕਾਂ 'ਚ 3300 ਡਸਟਬੀਨ ਟਵਿੰਸ ਜੋ ਟਵਿੰਸ ਜੋ ਬੀਨਸ ਨੇ ਅਸੀਂ ਖਰੀਦੇ ਨੇ। 1800 ਜੋ ਚੰਡੀਗੜ੍ਹ ਦੇ ਪਾਰਕਸ ਨੇ, ਉਹਨਾਂ 'ਚੋਂ ਡਸਟਬਿਨ ਏਰੀਆ ਦੇ ਹਿਸਾਬ ਨਾਲ, ਜਿੱਥੇ ਪਾਰਕ ਵੱਡਾ ਹੈ 4-5 ਲਗਾਏ ਜਾਣਗੇ, ਛੋਟਾ ਹੈ ਤਾਂ 2 ਡਸਟਬਿਨ ਲਗਾਏ ਜਾਣਗੇ। ਅਤੇ ਅੱਜ ਇਹ ਤਾਂ ਸ਼ੁਰੂਆਤ ਕੀਤੀ ਗਈ ਹੈ ਮਾਡਰਨ ਕੰਪਲੈਕਸ ਇੱਥੇ ਮਨੀ ਮਾਜਰਾ ਤੋਂ, ਅਤੇ ਇਸ ਤੋਂ ਬਾਅਦ ਇਹ ਸਾਰੇ ਡਸਟਬਿਨ ਸਾਰੇ ਪਾਰਕਾਂ 'ਚ ਲੱਗਣਗੇ। ਸਫਾਈ ਦੀ ਗੱਲ ਕਰੀਏ ਮੈਡਮ, ਤਾਂ ਤੁਹਾਡੇ ਏਰੀਏ ਦੇ ਵਿੱਚ ਬੜੀ ਸਫਾਈ ਬਹੁਤ ਜ਼ਿਆਦਾ, ਤੁਹਾਡੇ ਆਉਣੇ ਤੋਂ ਬਾਅਦ ਬਹੁਤ ਜ਼ਿਆਦਾ ਸੁਧਾਰ ਆ ਗਿਆ, ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਤੋਂ ਦੇਖਦੇ ਹੋ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਮੰਨਦੀ ਹਾਂ ਕਿ ਇੱਕ ਮੇਅਰ ਹੋਣ ਦੇ ਨਾਤੇ ਮੈਂ ਮਤਲਬ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਂ ਆਪਣੇ ਪਿੱਛੇ ਕਾਰਪੋਰੇਸ਼ਨ ਦੇ ਸਾਰੇ ਇੰਪਲੋਈਜ਼ ਦਾ ਔਰ ਸਾਰੇ ਸਿਟੀਜ਼ਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਕਿਉਂਕਿ ਇਕੱਲੀ ਮੇਅਰ ਕੁਛ ਨਹੀਂ ਕਰ ਸਕਦੀ ਹੈਗੀ, ਜਬਕਿ ਸਭ ਕਾ ਸਾਥ, ਅਵੇਅਰਨੈਸ ਬਹੁਤ ਜ਼ਰੂਰੀ ਹੈ। ਤੁਸੀਂ ਇਕੱਲਾ ਮੇਅਰ ਕੁਛ ਨਹੀਂ ਕਰ ਸਕਦਾ ਜਬ ਤੱਕ, ਔਰ ਸਾਥ ਦਿੰਦੇ ਨੇ, ਇਸੇ ਸਾਥ ਕਰਕੇ ਸਾਡੀ ਰੈਂਕਿੰਗ ਇੰਨੀ ਵਧੀਆ ਆਈ ਹੈ। ਅਸੀਂ ਹੁਣ ਹੋਰ ਇੰਪਰੂਵ ਕਰਨ ਲਈ ਇਹ ਸਟੈਪ ਜੋ ਹੈ ਲਿੱਤੇ ਹੈ। ਪੂਰੀ ਤਿਆਰੀ ਕੀਤੀ ਜਾ ਰਹੀ ਹੈ ਮੈਮ, ਇੱਕ ਨੰਬਰ ਧਿਆਨ ਦੀ। ਬਿਲਕੁਲ ਬਿਲਕੁਲ, ਔਰ ਅਸੀਂ ਸ਼ੋਰ ਹੈ। ਮੈਂ ਅਸੀਂ ਪਹਿਲਾਂ ਵੀ ਜਦ ਮੈਂ ਮੇਅਰ ਬਣੀ, ਮੈਂ ਇਹ ਕਿਹਾ ਸੀਗਾ ਅਸੀਂ ਅੱਛੀ ਰੈਂਕਿੰਗ ਲੈ ਕੇ, ਤਾਂ ਬਹੁਤ ਬੜੀ ਇੰਪਰੂਵਮੈਂਟ ਹੋਈ ਹੈ ਕਿ 66 ਤੋਂ ਅਸੀਂ 12 'ਤੇ ਆਏ ਹਾਂ। ਪਰ ਮੈਂ ਸਾਰੇ ਇੰਪਲੋਈਜ਼ ਦਾ ਮਤਲਬ ਸਫਾਈ ਕਰਮਚਾਰੀ ਡੋਰ ਟੂ ਡੋਰ, ਉਹਨਾਂ ਦਾ ਜੋ ਸਾਡੀ ਕਾਰਪੋਰੇਸ਼ਨ ਦੀ ਮੇਨ ਰੀਡ ਦੀ ਹੱਡੀ ਹੈ, ਉਹਨਾਂ ਕਰਕੇ ਅਸੀਂ ਆਏ ਹਾਂ। ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਿਵੇਂ ਤੁਸੀਂ ਦੇਖਿਆ ਹੋਣਾ, ਹੁਣ ਕਾਰਪੋਰੇਸ਼ਨ 'ਚ ਅਸੀਂ ਟਰੈਕਟਰ ਟਰੋਲੀਸ ਹੈ ਜਾਂ ਸਫਾਈ ਦੀ ਰੇਹੜੀਆਂ ਹੈ ਛੋਟੀਆਂ, ਹੁਣ ਪਹਿਲਾਂ ਲਿੱਤੀ ਹੈ, ਕੱਲ੍ਹ ਇੱਕ ਅਸੀਂ ਵੈਨ ਦਾ ਇਨੋਗਰੇਸ਼ਨ ਵੀ ਕੀਤਾ ਹੈ ਜੋ ਪਾਣੀ ਦਾ ਸੈਂਪਲ ਲੈ ਕੇ ਟੈਸਟ ਕਰੇਗੀ। ਆਪਣੀ ਤਰਫ ਤੋਂ ਕਾਰਪੋਰੇਸ਼ਨ ਹੋਰ ਆਪਣੀ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਲੋਕਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਕਿ ਅਸੀਂ ਰੈਂਕਿੰਗ 'ਚ ਹੋਰ ਵਧੀਆ ਆ ਸਕੀਏ। ਹਰ ਇੱਕ ਪਾਰਕ ਦੇ ਵਿੱਚ ਕਿੰਨੇ ਕਿੰਨੇ ਮਤਲਬ ਕਿ ਜਿਹੜੇ ਗਿੱਲੇ ਸੁੱਕੇ ਡਸਟਬਿਨ ਲਗਾਏ ਜਾ ਰਹੇ, ਅਤੇ ਅੱਜ ਇੱਥੇ ਕਿੰਨੇ ਲਗਾਏ ਗਏ, ਇਸ ਤੋਂ ਬਾਅਦ ਕਿਹੜੇ ਕਿਹੜੇ ਪਾਰਕ 'ਚ ਲਗਾਏ ਜਾਣ? ਅੱਜ ਇੱਥੇ 2 ਡਸਟਬਿਨ ਲਗਾਏ ਗਏ ਨੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਚੰਡੀਗੜ੍ਹ ਸੈਕਟਰ ਵਾਈਜ਼ ਹਰੇਕ ਪਾਰਕ 'ਚ ਏਰੀਆ ਦੇ ਹਿਸਾਬ ਨਾਲ, ਵੱਡਾ ਹੈ ਤਾਂ ਉੱਥੇ 4-5 ਵੀ ਲੱਗਣਗੇ, ਛੋਟਾ ਹੈ ਤਾਂ ਸਿੰਗਲ। ਸ਼ਿਵਾਲੀ ਗਾਰਡਨ ਇੱਥੇ ਮਨੀ ਮਾਜਰੇ ਦੇ ਵੀ ਸਭ ਤੋਂ ਵੱਡਾ ਪਾਰਕ, ਉੱਥੇ ਡਸਟਬਿਨ ਨਹੀਂ ਲਗਾਏ ਗਏ, ਤਾਂ ਇੱਥੇ ਮਤਲਬ ਲਗਾਏ ਗਏ? ਨਹੀਂ, ਮੈਂ ਕਿਹਾ ਨਾ ਸ਼ੁਰੂਆਤ ਕੀਤੀ ਹੈ, ਅੱਜ ਸ਼ੁਰੂਆਤ ਤਾਂ ਕਿਸੇ ਨਾ ਕਿਸੇ ਤੋਂ ਕਰਨੀ ਸੀਗੀ ਨਾ, ਅੱਜ ਸ਼ੁਰੂਆਤ ਕੀਤੀ, ਉਹ ਤੋਂ ਬਾਅਦ 1800 ਸਾਰੇ ਪਾਰਕਾਂ 'ਚ ਲੱਗੇ ਦੇ ਵਾਰ ਤੋਂ ਸ਼ੁਰੂਆਤ। ਔਰ ਤੁਸੀਂ ਜੋ ਵੀ ਤੁਸੀਂ ਸਮਝੋ, ਮਤਲਬ ਕਿਤੋਂ ਤੋਂ ਕਰਨੀ ਸੀਗੀ, ਚਲੋ ਅਸੀਂ ਕਿਹਾ ਕਿ ਇੱਥੋਂ ਸ਼ੁਰੂਆਤ ਕਰਦੇ ਹਾਂ, ਉਹ ਤੋਂ ਬਾਅਦ ਸਾਰਿਆਂ ਦੇ ਲੱਗਣਗੇ। ਮੈਮ, ਆਖਿਰ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੀ, ਜਿਵੇਂ ਮੈਂ ਪਹਿਲਾਂ ਵੀ ਕਹਿੰਦੀ ਰਹੀ ਹਾਂ, ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ, ਕਾਰਪੋਰੇਸ਼ਨ ਆਪਣੀ ਤਰਫ ਤੋਂ ਬਹੁਤ ਵਧੀਆ ਕਰ ਰਹੀ ਹੈ, ਸਾਨੂੰ ਸਿਰਫ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਤੁਸੀਂ ਆਪਣਾ ਸਹਿਯੋਗ ਦਿਓਗੇ ਤਾਂ ਅਸੀਂ ਪੱਕਾ ਸ਼ੋਰ ਅਸੀਂ ਨੰਬਰ 1 ਤੇ ਪਹੁੰਚਾਂਗੇ। ਥੈਂਕ ਯੂ ਸੋ ਮਚ ਮੈਮ। ताज़ा अपडेट्स और बड़ी खबरों के लिए सब्सक्राइब करें अर्थ प्रकाश टीवी और बेल आइकन दबाना ना भूलें।